ਘਾਤਕ ਤੇਂਦੂਏ ਨੂੰ ਫੜਨ ਦੇ ਲਈ ਕੁੱਤਿਆਂ ਦਾ ਇਸਤੇਮਾਲ ਕੀਤਾ ਗਿਆ। ਦਰਅਸਲ ਇੱਥੇ ਵਣ ਵਿਭਾਗ ਨੇ ਖੋਜੀ ਕੁੱਤਿਆਂ ਦੀ ਸਹਾਇਤਾ ਦੇ ਨਾਲ ਇੱਕ ਤੇਂਦੂਏ ਨੂੰ ਫੜਿਆ। ਦਰਅਸਲ ਸ਼ੰਕਰ ਨਾਂ ਦਾ ਇੱਕ ਕਿਸਾਨ ਸੀ ਤਾਮਿਲਨਾਡੂ ਦੇ ਵਿੱਚ। ਉਸਨੇ ਕਈ ਸਾਰੇ ਅੱਗੇ ਡੰਗਰ ਪਾਲੇ ਹੋਏ ਸੀ, ਜਿਸ ਦੇ ਵਿੱਚ ਉਸਨੇ ਬੱਕਰੀਆਂ ਜਾਂ ਫਿਰ ਹੋਰ ਗਾਵਾਂ ਮੱਝਾਂ ਆਦਿ ਇਸੇ ਤਰੀਕੇ ਦੇ ਜਾਨਵਰ ਪਾਲੇ ਹੋਏ। ਰਾਤ ਦਾ ਵੇਲਾ ਉਹਨਾਂ ਨੂੰ ਬੰਨ੍ਹ ਕੇ ਆਪਣੇ ਤਬੇਲੇ ਦੇ ਵਿੱਚ ਅਤੇ ਉਸ ਤੋਂ ਬਾਅਦ ਸੌਣ ਚਲੇ ਗਿਆ ਸ਼ੰਕਰ। ਅਤੇ ਫਿਰ ਜਾ ਕੇ ਜਦ ਸਵੇਰੇ ਦੇਖਿਆ ਤਾਂ ਉੱਥੇ ਡੰਗਰ ਗਾਇਬ। ਉਸ ਤੋਂ ਬਾਅਦ ਦੇ ਵਿੱਚ ਅੱਗੇ ਖੂਨ ਪਿਆ ਸੀ। ਥੋੜ੍ਹਾ ਹੋਰ ਅੱਗੇ ਜਾ ਕੇ ਦੇਖਿਆ ਤਾਂ ਅੱਗੇ ਕਈ ਜਗ੍ਹਾ ਬੱਕਰੀ ਦੀ ਲਾਸ਼ਾਂ ਮਿਲੀਆਂ, ਕਈ ਹੋਰ ਉੱਥੇ ਦੇ ਜੋ ਜਾਨਵਰ ਸੀ ਉਹ ਵੀ ਨਹੀਂ ਮਿਲੇ। ਫਿਰ ਉਸ ਤੋਂ ਬਾਅਦ ਸ਼ੱਕ ਗਹਿਰਾਇਆ ਕਿ ਇੱਥੇ ਕੋਈ ਕਿਸੇ ਨਾ ਕਿਸੇ ਜੰਗਲੀ ਜਾਨਵਰ ਦੀ ਇਹ ਕਰਤੂਤ ਜ਼ਰੂਰ ਹੈ, ਕਿਉਂਕਿ ਇਸ ਇਲਾਕੇ ਦੇ ਵਿੱਚ ਅਕਸਰ ਆਤੰਕ ਦੇਖਿਆ ਜਾਂਦਾ ਹੈ, ਜਿੱਥੇ ਕਿ ਤੇਂਦੂਏ ਦੇ ਆਤੰਕ ਦੀਆਂ ਖਬਰਾਂ ਪਹਿਲਾਂ ਵੀ ਸਾਹਮਣੇ ਆਈਆਂ ਸੀ। ਇਸੇ ਚੱਲਦੇ ਬਾਅਦ 'ਚ ਜੋ ਵਣ ਵਿਭਾਗ ਨੂੰ ਇਸਦੀ ਸੂਚਨਾ ਦਿੱਤੀ ਗਈ, ਫੋਰੈਸਟ ਡਿਪਾਰਟਮੈਂਟ ਜੋ ਹੈ ਉਹ ਮੌਕੇ 'ਤੇ ਪਹੁੰਚਿਆ। ਉਹਨਾਂ ਨੇ ਉਸ ਤੋਂ ਬਾਅਦ 'ਚ ਸਰਚ ਆਪਰੇਸ਼ਨ ਚਲਾਇਆ, ਜਿਸ ਦੇ ਵਿੱਚ ਕਿ ਫਿਰ ਖੋਜੀ ਕੁੱਤਿਆਂ ਦੀ ਸਹਾਇਤਾ ਲਈ ਗਈ। ਦਰਅਸਲ ਇਹਨਾਂ ਕੁੱਤਿਆਂ ਦੇ ਕਾਰਨ ਹੀ ਇਹ ਤੇਂਦੂਆ ਫੜਿਆ ਗਿਆ। ਜਦ ਉੱਥੇ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਇਹਨਾਂ ਕੁੱਤਿਆਂ ਦੇ ਜ਼ਰੀਏ ਹੀ ਟਰੈਕ ਕੀਤਾ ਗਿਆ ਕਿ ਆਖਿਰਕਾਰ ਕਿਸ ਇਲਾਕੇ ਦੇ ਵਿੱਚ ਹੋ ਸਕਦਾ, ਕਿੱਥੇ ਕਿਤੇ ਜਾ ਕੇ ਅਤੇ ਇਹ ਜੋ ਤੇਂਦੂਆ ਹੈ ਉਹ ਹੋਵੇਗਾ, ਤਾਂ ਫਿਰ ਉੱਥੇ ਜਾ ਕੇ ਟਰੈਪ ਲਗਾਏ। ਅਕਸਰ ਇੱਦਾਂ ਦੀ ਜਾਂ ਸਥਿਤੀ ਹੁੰਦੀ ਆ, ਜੋ ਵਣ ਵਿਭਾਗ ਹੈ ਉਹ ਉੱਥੇ ਜਾ ਕੇ ਇੱਕ ਪਿੰਜਰਾ ਲਾ ਜਾਂਦਾ, ਉਹ ਪਿੰਜਰੇ ਦੇ ਵਿੱਚ ਕੋਈ ਖਾਣ ਦੀ ਚੀਜ਼ ਰੱਖਦੀ ਆ ਕੁਛ, ਅਤੇ ਜਿਵੇਂ ਹੀ ਅੰਦਰ ਗਿਆ ਤੇਂਦੂਆ ਅਤੇ ਖੁਦ ਬ ਖੁਦ ਉਸ ਟਰੈਪ ਨੇ ਬੰਦ ਹੋ ਜਾਣਾ। ਉਸਦੇ ਅੰਦਰ ਪਿੰਜਰੇ 'ਚ ਜੋ ਤੇਂਦੂਆ ਜਾਂ ਕੋਈ ਹੋਰ ਐਸਾ ਜਾਨਵਰ ਹੈ ਜੋ ਸ਼ਿਕਾਰੀ ਆ ਉਸਦੇ ਵਿੱਚ ਫਸ ਜਾਣਾ। ਇਸੇ ਤਰੀਕੇ ਦੇ ਨਾਲ ਇਸ ਤੇਂਦੂਏ ਨੂੰ ਫੜਿਆ ਗਿਆ। ਹਾਲਾਂਕਿ ਹੁਣ ਤੁਹਾਨੂੰ ਦੱਸਦਿਆਂ ਕਿ ਆਖਿਰਕਾਰ ਕਿੱਥੋਂ ਦਾ ਇਹ ਮਾਮਲਾ ਤਾਮਿਲਨਾਡੂ ਦੇ ਵਿੱਚ, ਕਦੋਂ ਇਹ ਘਟਨਾ ਵਾਪਰੀ, ਕੀ ਕੁਝ ਹੋਇਆ, ਤੁਹਾਨੂੰ ਸਾਰੀ ਡਿਟੇਲ ਦੱਸਦਿਆਂ। ਦਰਅਸਲ ਤਾਮਿਲਨਾਡੂ ਦੇ ਤਿਰੂਨੇਲਵੇਲੀ ਜ਼ਿਲ੍ਹੇ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਤੇਂਦੂਆ ਭੇਡਾਂ ਅਤੇ ਹੋਰ ਜੋ ਜਾਨਵਰ ਨੇ ਉਹਨਾਂ ਦਾ ਲਗਾਤਾਰ ਸ਼ਿਕਾਰ ਕਰ ਰਿਹਾ ਸੀ। ਇੱਥੇ ਹੀ ਵੈਮਬਾਇਆਪੁਰਮ ਦੇ ਵਿੱਚ ਰਹਿਣ ਵਾਲਾ ਕਿਸਾਨ ਸ਼ੰਕਰ, ਜਿਹਨੇ ਘਰ ਦੇ ਵਿੱਚ ਬੱਕਰੀ, ਗਾਂ ਸਹਿਤ ਕਈ ਇਸੇ ਤਰ੍ਹਾਂ ਜਾਨਵਰ ਪਾਲੇ ਹੋਏ ਸੀ, ਜਦ ਉਸਦੀਆਂ ਜੋ ਇਹ ਬੱਕਰੀਆਂ ਨੇ ਅਤੇ ਗਾਵਾਂ ਹੈ ਉਹਨਾਂ ਦਾ ਸ਼ਿਕਾਰ ਹੋਇਆ, ਉਸ ਤੋਂ ਬਾਅਦ ਦੇ ਵਿੱਚ ਫਿਰ ਉਸਨੇ ਸ਼ਿਕਾਇਤ ਦਰਜ ਕਰਵਾਈ ਜਾ ਕੇ। ਜਦ ਸ਼ਿਕਾਇਤ ਦਰਜ ਕਰਾਈ, ਕੁਝ ਘੰਟੇ ਦੇ ਅੰਦਰ ਅੰਦਰ ਹੀ ਉਸ ਤੋਂ ਬਾਅਦ ਪਿੰਜਰਾ ਲਗਾਉਣ ਦਾ ਫੈਸਲਾ ਕੀਤਾ ਵਣ ਵਿਭਾਗ ਨੇ। ਫਿਰ ਤਿਰੂਨੇਲਵੇਲੀ ਜ਼ਿਲ੍ਹਾ ਜੋ ਵਣ ਵਿਭਾਗ ਹੈ ਉੱਥੇ ਪਹਿਲੀ ਵਾਰ ਤੇਂਦੂਏ ਦੀ ਤਲਾਸ਼ 'ਚ ਖੋਜੀ ਕੁੱਤਿਆਂ ਦਾ ਇਸਤੇਮਾਲ ਕੀਤਾ ਗਿਆ। ਉਸ ਤੋਂ ਬਾਅਦ ਦੇ ਵਿੱਚ ਫਿਰ ਉਸ ਨੂੰ ਟਰੈਪ ਲਗਾ ਕੇ ਫੜਿਆ ਗਿਆ, ਜਿੱਥੇ ਕਿ ਪਿੰਡ ਵਾਲਿਆਂ ਨੂੰ ਡਰ ਸੀ ਕਿ ਕਿਤੇ ਜੋ ਤੇਂਦੂਆ ਇਸ ਤੋਂ ਬਾਅਦ ਹੁਣ ਇਨਸਾਨਾਂ ਦਾ ਸ਼ਿਕਾਰ ਕਰਨ ਨਾ ਲੱਗ ਜਾਵੇ, ਕਿਉਂਕਿ ਜਾਨਵਰਾਂ 'ਤੇ ਤਾਂ ਪਹਿਲਾਂ ਹੀ ਉਹ ਕਾਫੀ ਜ਼ਿਆਦਾ ਹਮਲੇ ਕਰ ਰਿਹਾ ਸੀ। ਹਾਲਾਂਕਿ ਇਸ ਘਟਨਾ ਤੋਂ ਬਾਅਦ ਰਾਹਤ ਦੀ ਹੁਣ ਖਬਰ ਜ਼ਰੂਰ ਸਾਹਮਣੇ ਆਈ, ਜਿੱਥੇ ਕਿ ਉਹ ਫੜਿਆ ਗਿਆ, ਹਾਲ ਹੀ ਦੇ ਵਿੱਚ ਉਸ ਨੂੰ ਕਾਬੂ ਕੀਤਾ ਗਿਆ ਹੈ ਅਤੇ ਫਿਰ ਬਾਅਦ ਦੇ ਵਿੱਚ ਉਸ ਨੂੰ ਇੱਕ ਸੁਰੱਖਿਅਤ ਜਗ੍ਹਾ ਦੇ ਉੱਤੇ ਭੇਜ ਦਿੱਤਾ ਗਿਆ। ਫੜੇ ਗਏ ਤੇਂਦੂਏ ਨੂੰ ਬਾਅਦ 'ਚ ਵਣ ਅਧਿਕਾਰੀਆਂ ਨੇ ਜੰਗਲ ਦੇ ਵਿੱਚ ਇੱਕ ਸੁਰੱਖਿਅਤ ਇਲਾਕੇ ਦੇ ਵਿੱਚ ਛੱਡ ਦਿੱਤਾ। ਹੁਣ ਤੱਕ ਕਈ ਇੱਦਾਂ ਦੇ ਪਸ਼ੂ ਸੀ ਜਿਨ੍ਹਾਂ ਨੂੰ ਕਿ ਆਪਣਾ ਸ਼ਿਕਾਰ ਬਣਾ ਚੁੱਕਿਆ ਸੀ ਇਹ ਤੇਂਦੂਆ। ਇੱਥੇ ਕਈ ਦਰਜਨਾਂ ਪਸ਼ੂ ਨੇ ਜਿਨ੍ਹਾਂ ਦੀ ਕਿ ਹੱਤਿਆ ਕਰ ਚੁੱਕਿਆ ਸੀ ਇਹ ਤੇਂਦੂਆ। ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਗੱਲ ਬੜੀ ਰੋਚਕ ਰਹੀ ਹੈ ਕਿ ਖੋਜੀ ਕੁੱਤਿਆਂ ਦਾ ਇਸਤੇਮਾਲ ਕੀਤਾ ਗਿਆ। ਅਕਸਰ ਜਦ ਦੇਖਦੇ ਹਾਂ ਕਿ ਖੋਜੀ ਕੁੱਤਿਆਂ ਦਾ ਇਸਤੇਮਾਲ ਕਿਸੇ ਅਪਰਾਧੀ ਨੂੰ ਫੜਨ ਦੇ ਲਈ ਕਰਦੇ ਹੋਏ ਦਿਖਾਈ ਦਿੰਦਾ ਹੈ, ਕਿਸੇ ਐਸੀ ਘਟਨਾ 'ਤੇ ਜਿੱਥੇ ਨਸ਼ਿਆਂ ਨੂੰ ਫੜਨਾ ਹੋਵੇ ਉਦੋਂ ਟਰੈਕ ਕਰਕੇ ਲੈ ਜਾਂਦੇ ਨੇ, ਪਰ ਇਸ ਵਾਰ ਜਦ ਖੋਜੀ ਕੁੱਤਿਆਂ ਦਾ ਇਸਤੇਮਾਲ ਹੋਇਆ ਤਾਂ ਆਪਣੇ ਆਪ ਦੇ ਵਿੱਚ ਬੜੀ ਰੋਚਕ ਗੱਲ ਸਾਹਮਣੇ ਆਈ। ਉਹਨਾਂ ਨੇ ਹੀ ਟਰੈਕ ਕੀਤਾ ਅਤੇ ਉੱਥੇ ਤੱਕ ਲੈ ਗਏ ਜਿੱਥੇ ਇਹ ਤੇਂਦੂਆ ਸੀ। ਫਿਰ ਬਾਅਦ ਦੇ ਵਿੱਚ ਜਾ ਕੇ ਜਦ ਟਰੈਪ ਲਗਾਇਆ ਤਾਂ ਤੇਂਦੂਏ ਨੂੰ ਫੜਿਆ ਗਿਆ। ਆਪਣੇ ਆਪ ਦੇ ਵਿੱਚ ਕਾਫੀ ਰੋਚਕ ਘਟਨਾ।